ਹੈਲੋ ਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ। ਅੱਜ ਆਪਾਂ ਬਣਾ ਰਹੇ ਹਾਂ ਜੀ ਨਵੇਂ ਤਰੀਕੇ ਨਾਲ ਪੰਜਾਬੀਆਂ ਦੀ ਮਨਪਸੰਦ ਗੁਲਗੁਲੇ, ਜਿਹੜੇ ਕਿ ਬਹੁਤ ਹੀ ਸਾਰਿਆਂ ਨੂੰ ਪਸੰਦ ਹੁੰਦੇ ਨੇ ਅਤੇ ਸਾਰੇ ਖੁਸ਼ ਹੋ ਕੇ ਖਾਂਦੇ ਨੇ। ਉਹਦੇ ਵਾਸਤੇ ਆਪਾਂ ਲੈਤੀ ਹੈ ਜੀ ਅੱਜ ਸੂਜੀ। ਆਪਾਂ ਬਣਾਵਾਂਗੇ ਸੂਜੀ ਅਤੇ ਆਟੇ ਦੇ ਗੁਲਗੁਲੇ, ਅਤੇ ਆਮ ਤੌਰ 'ਤੇ ਆਪਾਂ ਸਾਰੇ ਆਟੇ ਦੇ ਗੁਲਗੁਲੇ ਬਣਾਉਂਦੇ ਹਾਂ। ਆਪਾਂ ਅੱਜ ਸੂਜੀ ਵੀ ਵਿੱਚ ਪਾ ਕੇ ਬਣਾਵਾਂਗੇ, ਤੁਸੀਂ ਦੇਖਿਓ ਬਹੁਤ ਹੀ ਵਧੀਆ ਬਣਦੇ ਨੇ ਅਤੇ ਬਿਲਕੁਲ ਗੁਲਾਬ ਜਾਮਣਾਂ ਵਰਗੇ ਬਣਦੇ ਨੇ ਖਾਣ 'ਚ ਵੀ। ਅਤੇ ਉਹਦੇ ਵਾਸਤੇ ਆਪਾਂ ਲਿੱਤਾ ਜੀ ਥੋੜ੍ਹਾ ਜਿਹਾ ਗੁੜ। ਗੁੜ ਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਕਿ ਥੋੜ੍ਹਾ ਜਿਹਾ ਪਾਣੀ ਪਾ ਕੇ ਉਬਾਲ ਲਿਆ ਸੀਗਾ। ਆਪਣੇ ਕੋਲ ਅੱਧੀ ਕਿਲੋ ਇਹ ਹੈਗਾ ਜੀ ਸਮਾਨ, ਆਟਾ ਅਤੇ ਸੂਜੀ ਦੋਨੇ ਚੀਜ਼ਾਂ ਆਪਣੀਆਂ ਅੱਧੀ ਕਿਲੋ ਨੇ। ਅਤੇ ਪਾਈ ਆਪਾਂ ਗੁੜ, ਲਿੱਤਾ ਗੁੜ। ਗੁੜ ਨੂੰ ਆਪਾਂ 'ਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਬਾਲ ਲਿਆ, ਉਬਾਲ ਕੇ ਆਪਾਂ ਠੰਡਾ ਕਰ ਲਿਆ। ਹੁਣ ਆਪਾਂ ਇੱਕ ਭਾਂਡੇ ਵਿੱਚ ਇਹਦਾ ਆਟਾ ਗੁੰਨਦੇ ਹਾਂ। ਜੀ ਦੋਨੇ ਚੀਜ਼ਾਂ ਆਪਾਂ ਇਹ ਛਾਣ ਕੇ ਰੱਖ ਲਈਆਂ ਸੀਗੀਆਂ। ਇਹਦੇ ਵਿੱਚ ਪਾ ਲੈਂਦੇ ਹਾਂ ਆਪਾਂ ਸੂਜੀ, ਥੋੜ੍ਹੀ ਜਿਹੀ ਪਾ ਲੈਂਦੇ ਹਾਂ ਆਪਾਂ ਇਹਦੇ ਵਿੱਚ ਸੌਂਫ। ਸੌਂਫ ਦਾ ਟੇਸਟ, ਮਿੱਠੀ ਚੀਜ਼ ਕੋਈ ਵੀ ਬਣਾਈਏ, ਚਾਹੇ ਪੂਰੀਆਂ ਬਣਾਈਏ ਚਾਹੇ ਗੁਲਗੁਲੇ ਬਣਾਈਏ, ਬਹੁਤ ਵਧੀਆ ਆਉਂਦਾ ਇਹਦਾ ਟੇਸਟ। ਅਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜ੍ਹਾ ਜਿਹਾ ਨਾ ਵੀ ਵਧੀਆ ਆਪਣੇ ਫੁੱਲ ਕੇ ਸੌਫਟ ਵਧੀਆ ਬਣਨ, ਅਤੇ ਬੇਕਿੰਗ ਪਾਊਡਰ ਥੋੜ੍ਹਾ ਜਿਹਾ ਪਾਇਆ, ਅੱਧੇ ਚਮਚੇ ਤੋਂ ਵੀ ਘੱਟ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਸਾਰੀਆਂ ਚੀਜ਼ਾਂ ਨੂੰ। ਜੀ ਹੁਣ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਗੁੜ ਵਾਲਾ ਆਟਾ ਗੁੰਨ ਦੇਵਾਂਗੇ। ਲਓ ਜੀ ਆਪਾਂ ਥੋੜ੍ਹਾ ਜਿਹਾ ਨਾ ਖੋਪਾ ਅਤੇ ਥੋੜ੍ਹੀਆਂ ਦਾਖਾਂ ਵੀ ਰੱਖ ਲਈਆਂ ਸੀ, ਖੋਪਾ ਆਪਾਂ ਬਰੀਕ ਬਰੀਕ ਕੱਟ ਲਿਆ, ਉਹ ਵੀ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਿੰਦੇ ਹਾਂ ਅਤੇ ਆਪਾਂ ਇਹਦੇ ਵਿੱਚ ਪਾਈਏ ਜੀ ਸੂਜੀ। ਇਸ ਕਰਕੇ ਆਪਾਂ 10-15 ਮਿੰਟ ਵਾਸਤੇ ਇਹਨੂੰ ਇਸ ਤਰ੍ਹਾਂ ਰੈਸਟ 'ਤੇ ਰੱਖਾਂਗੇ ਅਤੇ ਫਿਰ ਬਣਾਉਂਦੇ ਹਾਂ ਜੀ ਆਪਾਂ ਇਹਦੇ ਗੁਲਗੁਲੇ। ਅਤੇ ਤੁਸੀਂ ਦੇਖੋ ਆਪਾਂ ਇਹੋ ਜਿਹਾ ਬੈਟਰ ਤਿਆਰ ਕੀਤਾ ਆਪਣਾ। ਜੇ ਆਪਾਂ ਨੂੰ ਲੋੜ ਪਈ ਤਾਂ ਥੋੜ੍ਹਾ ਮੋਟਾ ਪਾਣੀ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ। ਲਓ ਜੀ 10-15 ਮਿੰਟ ਹੋ ਗਏ ਨੇਗੇ, ਸੂਜੀ ਵੀ ਆਪਣੀ ਚੰਗੀ ਤਰ੍ਹਾਂ ਫੁੱਲ ਗਈ ਹੈ ਅਤੇ ਆਪਾਂ ਇੰਨਾ ਦੇਖੋ ਨਾ ਹੀ ਬਾਹਲਾ ਪਤਲਾ ਅਤੇ ਨਾ ਹੀ ਬਾਹਲਾ ਗਾੜਾ, ਇਸ ਤਰ੍ਹਾਂ ਦਾ ਆਪਾਂ ਇਹ ਆਟਾ ਹੈਗਾ ਜੀ ਜਿਹੜਾ ਤਿਆਰ ਕੀਤਾ ਹੈਗਾ। ਲਓ ਜੀ ਤੇਲ ਆਪਣਾ ਗਰਮ ਹੋ ਗਿਆ ਅਤੇ ਆਪਾਂ ਹੁਣ ਪਾਉਂਦੇ ਹਾਂ ਜੀ ਇਹਦੇ ਵਿੱਚ ਗੁਲਗੁਲੇ। ਲਓ ਜੀ ਆਪਾਂ ਇਸ ਤਰ੍ਹਾਂ ਗੋਲਡਨ ਬਰਾਊਨ ਹੋਣ ਤੱਕ ਇਹਨੂੰ ਪਕਾ ਲਿਆ ਅਤੇ ਹੁਣ ਆਪਾਂ
ਉਹਨਾਂ ਨੂੰ ਕੱਢ ਲੈਂਦੇ ਹਾਂ। ਜੀ ਦੇਖੋ ਕਿੰਨੇ ਸੋਹਣੇ ਬਣੇ ਆ, ਅਤੇ ਆਪਾਂ ਸਾਰੀ ਇਸ ਤਰ੍ਹਾਂ ਪਹਿਲਾਂ ਤਿਆਰ ਕਰ ਲੈਂਦੇ ਹਾਂਗੇ। ਲਓ ਜੀ ਆਪਾਂ ਸਾਰੇ ਗੁਲਗਲੇ ਨੇ ਜਿਹੜੇ ਬਣਾ ਕੇ ਤਿਆਰ ਕਰ ਲਏ ਨੇ। ਇਹ ਬਹੁਤ ਹੀ ਸੌਫਟ ਅਤੇ ਬਹੁਤ ਹੀ ਵਧੀਆ ਗੁਲਗਲੇ ਬਣ ਕੇ ਤਿਆਰ ਹੁੰਦੇ ਆ, ਜਿਹੜੇ ਕਿ ਸੂਜੀ ਆਪਾਂ ਇਹਦੇ ਵਿੱਚ ਪਾਉਂਦੇ ਹਾਂ, ਸੂਜੀ ਨਾਲ ਬਹੁਤ ਸੌਫਟ ਬਣ ਜਾਂਦੇ ਹੈਗੇ। ਅਤੇ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਜ਼ਰੂਰ ਦੇਖਿਓ। ਇੱਕ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ, ਸਾਡੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।